सही क्या जो भी क्या वा ਮੈਨੂੰ ਤੇ ਕੋਈ ਪਰੇਸ਼ਾਨੀ ਨਹੀਂ ਹੈ ਪਰ ਤੂੰ ਫਰਕ ਬਹੁਤ ਕਰਦੀ ਹੈ ਦੋਵਾਂ ਨੌਂ ਦੇ ਵਿੱਚ ਵੱਡਾ ਵੀ ਆਪਣੇ ਤੋਂ ਸੜਦਾ ਏ ਬਸ ਮੂੰਹ ਦਾ ਹੀ ਮਿੱਠਾ ਬੰਦਾ ਏ ਹੁਣ ਤਾਂ ਮੈਂ ਆਪਣੀ ਮਰਜ਼ੀ ਨਾਲ ਚੱਲੂਗਾ ਖਾਣਾ ਕੁਝ 4 ਦਿਨ ਹੋ ਕੇ ਰੋਟੀ ਖਾਦੀ ਨੂੰ ਨਹੀਂ ਮੈਂ ਨਹੀਂ ਖਾਣਾ ਕੁਝ ਠੱਡਾ ਲੱਗੇ ਤੇ ਡਿੱਗ ਪਈ ਆ ਕੀ ਜ਼ਿਆਦਾ ਤੇ ਨਹੀਂ ਲੱਗੀ ਛੱਟ ਪੈਰ ਤੇ ਭਾਰ ਨਹੀਂ ਪੈਂਦਾ ਡੈਡੀ ਜੀ ਡਾਕਟਰ ਨੇ ਨਾ ਹੁਣ ਉਹਨੂੰ ਬੈੱਡ ਰੈਸਟ ਹੀ ਦੱਸਣੀ ਆ ਉਹ ਚੁੱਪ ਕਰ ਹਰ ਟਾਈਮ 네ਗੇਟਿਵ ਨਾ ਸੋਚਿਆ ਕਰ ਫਿਰ ਵੀ ਉਹ ਤੇਰੀ ਸਗੀ ਭੈਣ ਆ ਅੱਛਾ ਜਾਨ ਆਪਣੀ ਮੰਮੀ ਦੇ ਵਾਸਤੇ ਪਤਲੀ ਜੀ ਖਿਚੜੀ ਬਣਾ ਦੇ ਖਿਚੜੀ ਮੈਨੂੰ ਤਾਂ ਬਣਾਉਣੀ ਨਹੀਂ ਆਉਂਦੀ ਜੀ ਹੈਲੋ ਹਾਂਜੀ ਹਾਂਜੀ ਡੈਡੀ ਜੀ ਬਸ ਆ ਗਿਆ ਜੀ ਆ ਗਿਆ 5 ਮਿੰਟ ਤੱਕ ਕਿੱਥੇ ਚੱਲੇ ਜੇ ਉਹ ਸਿੰਮੀ ਵੱਡੇ ਭਾਜੀ ਤੇ ਡੈਡੀ ਜੀ ਡੇਰੀ ਤੇ ਬੁਲਾਉਂਦੇ ਆ ਪਤਾ ਨਹੀਂ ਕੀ ਕੰਮ ਆ ਉਹਨਾਂ ਮੈਂ ਥੋੜੀ ਦੇਰ ਤੱਕ ਚਾਹ ਬਣਾਉਂਦੀ ਹਾਂ ਚਾਹ ਪੀਣ ਨੂੰ ਬੜਾ ਹੀ ਦਿਲ ਕਰ ਰਿਹਾ ਹੈ ਓਹੋ ਲੱਗਦਾ ਸਿਲੰਡਰ ਖਤਮ ਹੋ ਗਿਆ ਸਿਲੰਡਰ ਲਾਉਣਾ ਪਊਗਾ ਘਰ 'ਚ ਵੀ ਕੋਈ ਨਹੀਂ ਹੈਗਾ ਹੁਣ ਸਿਲੰਡਰ ਵੀ ਮੈਨੂੰ ਬਦਲਣਾ ਪੈਣਾ ਵਾ ਇੰਨਾ ਭਾਰਾ ਸਿਲੰਡਰ ਆ ਸਿੰਮੀ ਤੂੰ ਕੱਲ੍ਹ ਹੀ ਸਿਲੰਡਰ ਖਿੱਚਣੀ ਆ ਪਾਗਲ ਹੋ ਗਈ ਆ ਮੈਨੂੰ ਭੁੱਖ ਲੱਗੀ ਸੀ ਤੇ ਨਾ ਸਿਲੰਡਰ ਖਤਮ ਹੋ ਗਿਆ ਤੇ ਫਿਰ ਕੀ ਭੁੱਖ ਲੱਗੀ ਤੇ ਮੈਨੂੰ ਕਹਿ ਦਿੰਦੀ ਸਿਲੰਡਰ ਮੈਂ ਖਿੱਚ ਦਿੰਦੀ ਆਪਣੀ ਹਾਲਤ ਤੇ ਵੇਖ ਤੈਨੂੰ ਮੈਂ ਕਿਸ ਤਰ੍ਹਾਂ ਕਹਿੰਦੀ ਤੇ ਤਾਂ ਆਪ ਸੱਟ ਲੱਗੀ ਹੋਈ ਆ ਤੈਨੂੰ ਡਾਕਟਰ ਨੇ ਮਨਾ ਕੀਤਾ ਨਾ ਭਾ ਚੁੱਕਣ ਤੋਂ ਤੇ ਫਿਰ ਕਿਉਂ ਇਹੋ ਜਿਹਾ ਕੰਮ ਕਰਦੀ ਆ ਚੱਲ ਬਹਿ ਉੱਥੇ ਸਿਲੰਡਰ ਮੈਂ ਲਾ ਦਿੰਦੀ ਕੁਛ ਨਹੀਂ ਹੁੰਦਾ ਚੱਲ ਠੀਕ ਆ ਪਰ ਤੂੰ ਵੀ ਧਿਆਨ ਨਾਲ ਕਰੀ ਠੀਕ ਆ ਤੇਰੇ ਆਪ ਸੱਟ ਲੱਗੀ ਆ ਕੋਈ ਗੱਲ ਨਹੀਂ ਤੂੰ ਮੇਰੀ ਚਿੰਤਾ ਨਾ ਕਰ ਭਾਬੀ ਤੁਸੀਂ ਆ ਕੀ ਕਰਨ ਦੇ ਰਹੇ ਤੁਹਾਡੇ ਤੇ ਸੱਟ ਲੱਗੀ ਆ ਕੋਈ ਗੱਲ ਨਹੀਂ ਸਿਲੰਡਰ ਖਤਮ ਹੋ ਗਿਆ ਸੀ ਤੇ ਮੈਂ ਚੱਲ ਲਾ ਦਿੰਨੀ ਆ ਨਹੀਂ ਨਹੀਂ ਮੈਂ ਕਰ ਦਿੰਨਾ ਇੱਧਰ ਉੱਠੋ ਤੁਸੀਂ ਮੈਂ ਲਾ ਦਿੰਨਾ ਇਹਨੂੰ ਧਿਆਨ ਰੱਖਿਆ ਕਰ ਆਪਣਾ ਸਿਮੀ ਇੱਧਰ ਆਈ ਮਾੜੀ ਜੀ ਗੱਲ ਸੁਣ ਹਾਂਜੀ ਸਿਮੀ ਕੋਈ ਅਕਲ ਤੋਂ ਕੰਮ ਲੈ ਤੈਨੂੰ ਪਤਾ ਨਾ ਭਾਬੀ ਦੇ ਸੱਟ ਲੱਗੀ ਆ ਤੇ ਤੂੰ ਉਹਨਾਂ ਤੋਂ ਸਿਲੰਡਰ ਚੁਕਵਾਉਣ ਦੀ ਮੈਂ ਕਿਹਾ ਸੀ ਸੰਦੀਪ ਨੂੰ ਕਿ ਮੈਂ ਕਰ ਦਿੰਨੀ ਉਹ ਕਹਿੰਦੀ ਨਹੀਂ ਮੈਂ ਕਰ ਲੈਣੀ ਆ ਤੈਨੂੰ ਤੇ ਪਤਾ ਸੀ ਨਾ ਭਾਬੀ ਦੇ ਸੱਟ ਲੱਗੀ ਆ ਤੂੰ ਤੇ ਸੋ ਸਕਦੀ ਸੀ ਤੁਹਾਨੂੰ ਵੀ ਤਾਂ ਪਤਾ ਹੈ ਡਾਕਟਰ ਨੇ ਮੈਨੂੰ ਵੀ ਬਾਹਰ ਚੁੱਕਣ ਤੋਂ ਮਨਾ ਕੀਤਾ ਬਸ ਬਸ ਨਹੀਂ ਇਹ ਤਾਂ ਹੱਸਣ ਵਾਲੀ ਕਿਹੜੀ ਗੱਲ ਆ ਮੈਂ ਕੋਈ ਚੁਟਕਲਾ ਸੁਣਾਇਆ ਵਾ ਸਿੰਮੀ ਮੈਨੂੰ ਲੱਗਦਾ ਸਾਨੂੰ ਘਰਦਿਆਂ ਨੂੰ ਸਭ ਕੁਝ ਸੱਚ ਦੱਸ ਦੇਣਾ ਚਾਹੀਦਾ ਹੁਣ ਨਹੀਂ ਨਹੀਂ ਘਰਦਿਆਂ ਨੂੰ ਜੇ ਸੱਚ ਪਤਾ ਲੱਗ ਗਿਆ ਤੇ ਫਿਰ ਪਰ ਆਪਾਂ ਹੋਰ ਵੀ ਦਿਨ ਇੰਨਾ ਝੂਠ ਬੋਲ ਸਕਦੇ ਇਹਨਾਂ ਨੂੰ ਪਰ ਨਹੀਂ
प्लीज तुसी कुछ ना दस्यो इन्हां नूं। मैं लास्ट बारी तैनूं कह रहा आपां नूं सच दस देना चाहिए सारिआं नूं। नहीं मनदीप, मेरे च इन्हां नूं सच दसण दी हिम्मत नहीं हैगी। ना दसीए सिमी, मैनूं लगदा हुण आपां नूं सारा कुछ सच दस देना चाहिए इन्हां नूं कि तूं प्रैगनेंट नहीं है। ये सारा कुछ मैं तेरी खुशी लिए किया ही। तेनू ही पता ना कि तेरी खुशी इस चीज़ ही कि तेनू घर का काम ना करना पवे, कि आप झूठा प्रैगनेंसी का ड्रामा बनाइए। तेरी सलाह ही ना ये, हुण बोलदी क्यों नहीं आ? बोल हुण, कुछ तो बोल। ਤੁਸੀਂ ਦੋਵਾਂ ਨੇ ਐਡਾ ਵੱਡਾ ਝੂਠ ਬੋਲਿਆ ਸਾਡੇ ਨਾਲ। ਤੁਹਾਨੂੰ ਪਤਾ ਇਹ ਗੱਲ ਤੋਂ ਕਿੰਨੇ ਖੁਸ਼ ਨੇ ਸਾਰੇ ਘਰ ਦੇ? ਮੰਮੀ ਕਿੰਨੇ ਖੁਸ਼ ਆ, ਡੈਡੀ ਕਿੰਨੇ ਖੁਸ਼ ਆ। ਸਿਰਫ ਇੱਕ ਕੰਮ ਤੋਂ ਬਚਣ ਵਾਸਤੇ ਇੰਨਾ ਵੱਡੇ ਝੂਠ ਦਾ ਸਹਾਰਾ ਲਿਆ। ਸਿਮੀ ਘੱਟੋ ਘੱਟ ਆਪਣੀ ਭੈਣ ਦਾ ਤੇ ਲਿਹਾਜ਼ ਕਰ ਲੈਂਦੀ। ਤੇਰੀ ਸਕੀ ਭੈਣ ਆ, ਉਹਦੇ ਸੱਟ ਲੱਗੀ ਹੈ ਤੇ ਉਹ ਤੇਰੇ ਨਾਲ ਕੰਮ ਕਰਾਉਂਦੀ ਫਿਰਦੀ ਆ। ਤੂੰ ਆਪਣੀ ਸਕੀ ਭੈਣ ਦੀ ਨਹੀਂ ਹੋਈ ਤੇ ਜੇ ਤੈਨੂੰ ਸੱਸ ਦੀ ਸੇਵਾ ਕਰਨੀ ਪਈ ਤੂੰ ਕਿੱਥੋਂ ਕਰੇਂਗੀ? ਬੰਦੇ ਨੂੰ ਇੰਨਾ ਵੀ ਮਤਲਬ ਹੀ ਨਹੀਂ ਹੋਣਾ ਚਾਹੀਦਾ। ਮਨਦੀਪ, ਤੂੰ ਯਾਰ ਤੂੰ ਤੇ ਬਿਲਕੁਲ ਹੀ ਬਦਲ ਗਿਆ ਵਾ। ਤੂੰ ਤੇ ਘੱਟੋ ਘੱਟ ਸੋਚ ਲੈਂਦਾ ਆਪਣੇ ਭਰਾ ਬਾਰੇ, ਭਾਬੀ ਬਾਰੇ, ਮਾਂ ਪਿਓ ਬਾਰੇ। ਤੁਸੀਂ ਦੋਵਾਂ ਨੇ ਨਾ ਭੈਣ ਭਰਾ ਦੇ ਰਿਸ਼ਤੇ ਨੂੰ ਲਾਜ ਲਾਈ ਆ। ਸ਼ਰਮ ਹੋਣੀ ਚਾਹੀਦੀ ਤੁਹਾਨੂੰ ਦੋਵਾਂ ਨੂੰ। ਸਿਮੀ, ਤੂੰ ਤਾਂ ਸੋਚਦੀ ਤੇਰੀ ਵੱਡੀ ਭੈਣ ਤੁਰਨ ਜੋਗੀ ਨਹੀਂ ਆ, ਤਾਂ ਵੀ ਉਹ ਮੰਨਦੀ ਆ ਵੀ ਤੂੰ ਮੇਰੀ ਛੋਟੀ ਭੈਣ ਆ, ਮੈਂ ਤੇਰਾ ਖਿਆਲ ਰੱਖਣਾ ਆ। ਪਰ ਤੂੰ ਝੂਠੀ ਪ੍ਰੈਗਨੈਂਸੀ ਦਾ ਬਹਾਨਾ ਮਾਰਤਾ। ਮੈਨੂੰ ਤੁਹਾਡੇ ਦੋਵਾਂ ਤੋਂ ਇਹ ਉਮੀਦ ਨਹੀਂ ਵੀ ਤੁਸੀਂ ਦੋਵੇਂ ਜਾਣੇ ਇੰਨੀ ਗਿਰੀ ਹੋਈ ਹਰਕਤ ਕਰ ਸਕਦੇ ਜੇ। ਕੀ ਜਵਾਬ ਦਊਂਗਾ ਮੰਮੀ ਹੋਣਾਂ ਨੂੰ ਮੈਂ? ਸੋਰੀ ਵੀਰ ਜੀ, ਮੈਂ ਆਪਣੀ ਘਰਵਾਲੀ ਦੇ ਪਿੱਛੇ ਲੱਗ ਕੇ ਤੁਹਾਨੂੰ ਸਾਰਿਆਂ ਨੂੰ ਭੁੱਲ ਗਿਆ। ਮੈਨੂੰ ਮਾਫ ਕਰ ਦਿਓ ਵੀਰ ਜੀ, ਮੈਨੂੰ ਮਾਫ ਕਰ ਦਿਓ। ਪਾਜੀ ਮੈਨੂੰ ਮਾਫ ਕਰ ਦਿਓ, ਮੇਰੇ ਤੋਂ ਬਹੁਤ ਵੱਡੀ ਗਲਤੀ ਹੋਈ ਆ। ਚਲੋ ਰੋ ਨਾ ਤੂੰ ਯਾਰ। ਦੇਖੋ, ਜਦੋਂ ਅਸੀਂ ਜੁਆਇੰਟ ਫੈਮਿਲੀ 'ਚ ਰਹਿੰਦੇ ਹਾਂ ਨਾ, ਸਾਨੂੰ ਬਹੁਤ ਕੰਪਰੋਮਾਈਜ਼ ਕਰਨੇ ਪੈਂਦੇ ਆ। ਇੱਦਾਂ ਨਹੀਂ ਘਰ ਚੱਲਦੇ ਹੁੰਦੇ ਵੀ ਤੂੰ ਆਹ ਖਰਚਾ ਵੱਧ ਕਰਤਾ, ਤੂੰ ਉਹ ਖਰਚਾ ਵੱਧ ਕਰ ਲਿਆ। ਜਿੱਦਬਾਜ਼ੀਆਂ ਨਾਲ ਘਰ ਨਹੀਂ ਚੱਲਦੇ। ਅੱਜ ਤੁਸੀਂ ਇੱਥੇ ਇੰਨੀਆਂ ਸਕੀਮਾਂ ਲਾਉਣ ਡੇ ਜੇ ਵੱਖ ਵੀ ਹੋ ਜਾਓਗੇ ਤਾਂ ਖੁਸ਼ ਰਹੋਗੇ? ਦੱਸੋ ਮੈਨੂੰ। ਸੋਰੀ ਵੀਰ ਜੀ, ਸਾਨੂੰ ਮਾਫ ਕਰ ਦਿਓ, ਅੱਜ ਤੋਂ ਬਾਅਦ ਅਸੀਂ ਕਦੀ ਇੱਦਾਂ ਦਾ ਕੰਮ ਨਹੀਂ ਕਰਦੇ। ਭਾਜੀ ਮੈਨੂੰ ਮਾਫ ਕਰ ਦਿਓ, ਮੇਰੇ ਤੋਂ ਬਹੁਤ ਵੱਡੀ ਗਲਤੀ ਹੋਈ ਆ। ਅੱਜ ਤੋਂ ਬਾਅਦ ਕਦੀ ਵੀ ਅਸੀਂ ਕੰਮ ਨੂੰ ਲੈ ਕੇ ਕੋਈ ਜਦਰੀਸ ਨਹੀਂ ਕਰਾਂਗੇ। ਅਸੀਂ ਰਲ ਮਿਲ ਕੇ ਰਵਾਂਗੇ ਤੇ ਅੱਜ ਤੋਂ ਬਾਅਦ ਤੁਹਾਨੂੰ ਕਦੀ ਵੀ ਸ਼ਿਕਾਇਤ ਦਾ ਮੌਕਾ ਨਹੀਂ ਦੇਵਾਂਗੇ। ਸਿਮੀ, ਮਾਫੀ ਮੇਰੇ ਕੋਲੋਂ ਨਹੀਂ, ਆਪਣੀ ਵੱਡੀ ਭੈਣ ਕੋਲੋਂ ਮੰਗ। ਤੇ ਮਨਦੀਪ, ਤੂੰ ਵੀ ਅੱਜ ਤੋਂ ਬਾਅਦ ਕੋਈ ਇੱਦਾਂ ਦੀ ਗਲਤੀ ਨਾ ਕਰੀਂ।